लड़ाई है जी आर पार की भरावो उ गल उत ने दिल्ली जिदा वाला कट्ठ आप वधा सकते हैं वधाइए हम झोने का सीजन झोने की रोथ ही झोना लग चुके हैं हम आओ आप लंबे समय तक दिल्ली आप बैठे हैं अपन जाना भी कई गंगा ने आओ भरावो कट्ठे होके हम मोर्चा अपने करके बोल सुना वाहगुरु खालसा वाहगुरु भाई सत श्रीकाल भाई भाई की कहना चाहोगे लखे भाई की कहना चाहोगे लखे भाई समर्थक फिर ना समाचार चैनल लखा संधारा भाई लखे वीरे चाहे ना इंटरव्यू दो पर लव यू आ थोड़े नाल तो गल करो लोगों ने दिखाता जिहड़ी सरकार कहिंदी सी के लोग थक गए लोग टुट गए लोग घरां च बह गए अज एक छोटे सद्दे दे उत्ते अज लखां बंदा दुबारा चंडीगढ़ दे अंदर वड़िया सड़कां दे उतरिया तो इत्थों पता लगता कि वाकई लोगों च रोह है लोगों च जोश है लोगों च गुस्सा है तो ये लोग हुण आल पार की लड़ाई सिरे ला के ही पिछे हटणगे उदू पहला पिछे नहीं हटणगे लोग पहुंचने वाली हैं अच्छा बेटी गर्मी तो करने अगे तो तगड़ा बैरीकेड लाया था जी हाँ बड़े तगड़े बैरीकेड ने देखो वाहेगुरु
कोई नहीं टेंशन ना लो। ਤੁਸੀਂ ਦੇਖ ਰਹੇ ਹੋ ਲੱਖਾਂ ਸਦਾਣਾ ਲਾਈਵ ਦਿੱਲੀ ਦੀਆਂ ਗਰੂਹਾਂ ਦੇ ਉੱਤੇ ਦੁਬਾਰਾ ਫੇਰ ਆਪਾਂ ਚਾਹੁੰਦੇ ਆ ਰੰਡਾਵੇ ਨੂੰ ਕਹਿੰਦੇ ਕੁਛ ਹੁੰਦਾ ਹੁੰਦਾ ਬਾਈ ਸੋ ਇਹੀ ਅਪੀਲ ਹੈ ਇਹੀ ਬੇਨਤੀ ਆ ਵੀ ਆਓ ਲੜਾਈ ਆ ਜਿਹੜੀ ਹਰ ਪਾਰ ਦੀ ਆ ਭਰਾਵੋ ਉਹੀ ਗੱਲਾਂ ਉਹੀ ਬਾਤਾਂ ਨੇ ਦਿੱਲੀ ਦੇ ਵਿੱਚ ਜਿੱਦਾਂ ਵੱਡਾ ਇਕੱਠ ਆਪਾਂ ਵਧਾ ਸਕਦੇ ਆ ਉਹਨੂੰ ਵਧਾਈਏ ਹੁਣ ਝੋਨੇ ਦਾ ਸੀਜ਼ਨ ਸੀਗਾ ਝੋਨੇ ਦੀ ਰੋਪੀ ਝੋਨਾ ਲੱਗ ਚੁੱਕਿਆ ਹੁਣ ਆਓ ਆਪਾਂ ਲੰਮੇ ਸਮੇਂ ਤੱਕ ਦਿੱਲੀ ਦੇ ਵਿੱਚ ਜਿਹੜਾ ਆਪਾਂ ਬੈਠੇ ਆ ਆਪਣੀਆਂ ਜਾਨਾਂ ਵੀ ਗਈਆਂ ਗਈਆਂ ਨੇ ਆਓ ਭਰਾਵੋ ਇਕੱਠੇ ਹੋ ਕੇ ਹੁਣ ਮੋਰਚਾ ਆਪਣੇ ਕਰਕੇ ਬਰਸਣਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀਰੋ ਜਿਵੇਂ ਬੈਠੀ ਗਿਣਤੀ ਦੇ ਵਿੱਚ ਆਪਾਂ ਇੱਥੇ ਆਓ ਲੱਖਾਂ ਸਦਾਣਾ ਤੁਸੀਂ ਦੇਖ ਰਹੇ ਹੋ ਲੱਖਾਂ ਸਦਾਣਾ ਭਾਈ ਕੀ ਕਹਿਣਾ ਚਾਹੋਗੇ ਲੱਖੇ ਭਾਈ ਕੀ ਕਹਿਣਾ ਚਾਹੋਗੇ ਲੱਖੇ ਭਾਈ ਨੂੰ ਸਮਰਥਕ ਦੇਖ ਰਹੇ ਹੋ ਨਾ ਸਮਾਚਾਰ ਚੈਨਲ ਲੱਖਾਂ ਸਦਾਣਾ ਦੇ ਨਾਲ ਭਾਈ ਲੱਖੇ ਵੀਰੇ ਚਾਹੇ ਨਾ ਇੰਟਰਵਿਊ ਦਿਓ ਪਰ ਲਵ ਯੂ ਆ ਤੁਹਾਡੇ ਨਾਲ ਗੱਲ ਕਰੋ ਆਪਾਂ ਗੱਲ ਵੀ ਕਰ ਲੈਂਦੇ ਹਾਂ ਬਾਈ ਕੋਈ ਗੱਲ ਨਹੀਂ ਹਾਂਜੀ ਪੁੱਛੋ ਬਾਈ ਜੀ ਕੀ ਪੁੱਛਣਾ ਚਾਹੁੰਦੇ ਬਹੁਤ ਵਧੀਆ ਨਾਲ ਹੀ ਲਈ ਆ ਬਾਈ ਨਾਲ ਕੋਈ ਗੱਲ ਨਹੀਂ ਇੰਟਰਵਿਊ ਤੁਸੀਂ ਨਾ ਦਿਓ ਕੋਈ ਗੱਲ ਨਹੀਂ ਬਸ ਦੋ ਸ਼ਬਦ ਕਹਿ ਦਿਓ ਵੀਰੇ ਦੋ ਸ਼ਬਦ ਇਹੀ ਆ ਬਾਈ ਅੱਜ ਲੋਕਾਂ ਨੇ ਦਿਖਾ ਤਾ ਜਿਹੜੀ ਸਰਕਾਰ ਕਹਿੰਦੀ ਸੀ ਕਿ ਇਹ ਲੋਕ ਥੱਕ ਗਏ ਲੋਕ ਟੁੱਟ ਗਏ ਲੋਕ ਘਰਾਂ 'ਚ ਬਹਿ ਗਏ ਅੱਜ ਇੱਕ ਛੋਟੇ ਸੱਦੇ ਦੇ ਉੱਤੇ ਅੱਜ ਲੱਖਾਂ ਬੰਦਾ ਦੁਬਾਰਾ ਚੰਡੀਗੜ੍ਹ ਦੇ ਅੰਦਰ ਵੜਿਆ ਸੜਕਾਂ 'ਤੇ ਉਤਰਿਆ ਤਾਂ ਇੱਥੋਂ ਪਤਾ ਲੱਗਦਾ ਕਿ ਵਾਕਈ ਲੋਕਾਂ 'ਚ ਰੋਹ ਆ ਲੋਕਾਂ 'ਚ ਜੋਸ਼ ਆ ਲੋਕਾਂ 'ਚ ਗੁੱਸਾ ਅਤੇ ਇਹ ਲੋਕ ਹੁਣ ਆਸ ਪਾਸ ਦੀ ਲੜਾਈ ਸਿਰੇ ਲਾ ਕੇ ਪਿੱਛੇ ਹਟਣਗੇ ਉਦੋਂ ਪਹਿਲਾਂ ਪਿੱਛੇ ਨਹੀਂ ਹਟਣਗੇ ਲੋਕ ਲੱਖੇ ਬਾਈ ਜਿਹੜੇ ਆਪਾਂ ਵਿੱਚ ਵਿੱਚ ਲੋਕ ਮੋਦੀ ਭਗਤ ਜੋ ਗਲਤ ਅਨਾਪਸ਼ਨਾਪ ਬੋਲਦੇ ਨੇ ਝੰਡੇ ਦੀ ਬੇਅਦਬੀ ਕਰਤੀ ਜਾਂ ਖਾਲਿਸਤਾਨ ਦੇ ਝੰਡੇ ਦੀ ਇਹਨਾਂ ਬਾਰੇ ਤੁਸੀਂ ਕੀ ਕਹੋ ਦੇਖੋ ਭਾਈ ਕਿਸੇ ਝੰਡੇ ਦੀ ਕੋਈ ਬੇਅਦਬੀ ਨਹੀਂ ਹੋਈ ਨਾ ਕਿਸੇ ਨੇ ਝੰਡੇ ਨੂੰ ਹਿਲਾਇਆ ਨਾ ਹੱਥ ਲਾਇਆ ਕੋਈ ਕਿਸੇ ਪ੍ਰਕਾਰ ਦੀ ਬੇਅਦਬੀ ਨਹੀਂ ਉਹ ਜਾਣ ਕੇ ਇੱਕ ਪ੍ਰਾਪੇਗੰਡਾ 'ਚ ਲਾਇਆ ਗਿਆ ਗੋਦੀ ਮੀਡੀਆ ਦੁਆਰਾ ਸਰਕਾਰ ਦੁਆਰਾ ਸਾਰਾ ਏਜੰਸੀਆਂ ਦੁਆਰਾ ਇਹ ਮੜਿਆ ਗਿਆ ਕਿ ਇਹਨਾਂ ਲੋਕਾਂ ਨੂੰ ਦਫਾਲ ਕਰ ਦਿਓ ਲੋਕਾਂ 'ਚ ਫੁੱਟ ਪਾ ਦਿਓ ਪੰਜਾਬ ਹਰਿਆਣੇ ਦਾ ਜਿਹੜਾ ਏਕਾ ਸੀ ਯੂਪੀ ਨਾਲ ਖੜ੍ਹਾ ਸੀ ਉਹਨੂੰ ਦਫਾਲ ਕਰਨੇ ਸਾਰੀਆਂ ਗੱਲਾਂ ਚੱਲੀਆਂ ਗਈਆਂ ਪਰ ਸਾਰੀਆਂ ਚਾਲਾਂ ਦੇ ਵਿੱਚ ਜਿੰਨੀਆਂ ਚਾਲਾਂ ਸਰਕਾਰ ਨੇ ਹੁਣ ਤੱਕ ਚੱਲੀਆਂ ਉਹ ਫੇਲ ਹੋਈ ਆ ਉਹ ਨਾਕਾਮ ਹੋਈ ਹੈ ਲੋਕ ਉਹਦੇ ਵਿੱਚੋਂ ਬਿਲਕੁਲ
ਨਰੋਲ ਸਾਫ਼ ਹੋ ਕੇ ਪਾਕ ਹੋ ਕੇ ਬਾਹਰ ਨਿਕਲੇ ਨੇ ਅਤੇ ਹੁਣ ਲੋਕ ਜਿੱਤ ਕੇ ਬਾਹਰ ਨਿਕਲਣਗੇ ਬਾਈ। ਲੱਖੇ ਬਾਈ ਅੱਜ ਜਿਹੜਾ ਅੱਜ ਆਪਾਂ ਲੱਖੇ ਬਾਈ ਜਿਹੜੇ ਆਪਾਂ ਵਿੱਚ ਵਿੱਚ ਲੋਕ ਮੋਦੀ ਭਗਤ ਜੋ ਗਲਤ ਅਨਾਪ ਸ਼ਨਾਪ ਬੋਲਦੇ ਨੇ ਝੰਡੇ ਦੀ ਬੇਅਦਬੀ ਕਰਤੀ ਜਾਂ ਖਾਲਿਸਤਾਨ ਦੇ ਝੰਡੇ ਦੀ, ਇਹਨਾਂ ਬਾਰੇ ਤੁਸੀਂ ਕੀ ਕਹੋ? ਦੇਖੋ ਬਾਈ, ਕਿਸੇ ਝੰਡੇ ਦੀ ਕੋਈ ਬੇਅਦਬੀ ਨਹੀਂ ਹੋਈ, ਨਾ ਕਿਸੇ ਨੇ ਝੰਡੇ ਨੂੰ ਹਿਲਾਇਆ ਨਾ ਹੱਥ ਲਾਇਆ, ਕੋਈ ਕਿਸੇ ਪ੍ਰਕਾਰ ਦੀ ਬੇਅਦਬੀ ਨਹੀਂ। ਉਹ ਜਾਣ ਕੇ ਇੱਕ ਪ੍ਰਾਪੇਗੰਡਾ ਚਲਾਇਆ ਗਿਆ ਗੋਦੀ ਮੀਡੀਆ ਦੁਆਰਾ, ਸਰਕਾਰ ਦੁਆਰਾ, ਸਾਰਾ ਏਜੰਸੀਆਂ ਦੁਆਰਾ ਇਹ ਮੜਿਆ ਗਿਆ ਕਿ ਇਹਨਾਂ ਲੋਕਾਂ ਨੂੰ ਦਫਾੜ ਕਰ ਦਿਓ, ਲੋਕਾਂ 'ਚ ਫੁੱਟ ਪਾ ਦਿਓ। ਪੰਜਾਬ ਹਰਿਆਣੇ ਦਾ ਜਿਹੜਾ ਏਕਾ ਸੀ, ਯੂਪੀ ਨਾਲ ਖੜ੍ਹਾ ਸੀ, ਉਹਨੂੰ ਦਫਾੜ ਕਰਨੀ, ਸਾਰੀਆਂ ਗੱਲਾਂ ਚੱਲੀਆਂ ਗਈਆਂ। ਪਰ ਸਾਰੀਆਂ ਚਾਲਾਂ ਦੇ ਵਿੱਚ ਜਿੰਨੀਆਂ ਚਾਲਾਂ ਸਰਕਾਰ ਨੇ ਹੁਣ ਤੱਕ ਚੱਲੀਆਂ ਉਹ ਫੇਲ ਹੋਈ ਆ, ਉਹ ਨਾਕਾਮ ਹੋਈ ਹੈ। ਲੋਕ ਉਹਦੇ ਵਿੱਚੋਂ ਬਿਲਕੁਲ ਨਰੋਲ ਸਾਫ਼ ਹੋ ਕੇ ਪਾਕ ਹੋ ਕੇ ਬਾਹਰ ਨਿਕਲੇ ਨੇ ਅਤੇ ਹੁਣ ਲੋਕ ਜਿੱਤ ਕੇ ਬਾਹਰ ਨਿਕਲਣਗੇ ਬਾਈ। ਲੱਖੇ ਬਾਈ ਅੱਜ ਜਿਹੜਾ ਅੱਜ ਆਪਾਂ DLP ਨੂੰ ਮੰਗ ਪੱਤਰ ਦਿੱਤਾ, ਉਹਦੇ ਵਿੱਚ ਉਹਨਾਂ ਨੇ ਕੀ ਕਿਹਾ? ਦੇਖੋ ਜੀ, ਮੰਗ ਪੱਤਰ ਉਹੀ ਨੇ, ਕਾਲੇ ਕਾਨੂੰਨਾਂ ਨੂੰ ਰੱਦ ਕਰੋ ਅਤੇ MSP ਲਾਗੂ ਕਰੋ। ਪਰ ਮੰਗ ਪੱਤਰ ਤੋਂ ਵੱਡੀ ਗੱਲ ਇਹ ਹੋ ਗਈ ਕਿ ਲੋਕ ਦੁਬਾਰੇ ਸੁਚੇਤ ਹੋ ਗਏ ਬਾਈ, ਲੋਕ ਦੁਬਾਰੇ ਜਾਗਰੂਕ ਹੋਣਗੇ। ਸੁਨੇਹਾ ਜਾਣਾ ਜਦੋਂ ਚੰਡੀਗੜ੍ਹ ਤੋਂ ਵੀ ਅੱਜ ਫਿਰ ਅੱਜ ਲੱਖਾਂ ਬੰਦਾ ਆਇਆ, ਜਿਹੜੇ ਘਰਾਂ 'ਚ ਬਹਿ ਕੇ ਸੀ ਨਿਰਾਸ਼ ਹੋ ਕੇ, ਦੁਬਾਰਾ ਬਾਈ ਦਿੱਲੀ ਜਾਣਗੇ। ਮਿਹਰਬਾਨੀ ਬਾਈ, ਸ਼ੁਕਰੀਆ। ਓਕੇ ਬਾਈ, ਲਵ ਯੂ ਵੀਰੇ ਤੁਹਾਡਾ ਨਾਲ। ਓਕੇ ਬਾਈ, ਥੈਂਕ ਯੂ ਵੀਰੇ। ਇਹ ਸਨ ਲੱਖਾ ਬਾਈ, ਤੁਸੀਂ ਦੇਖ ਰਹੇ ਨਵ ਸਮਾਚਾਰ ਚੈਨਲ। ਲੱਖਾਂ ਦਾ ਹਜੂਮ ਚੰਡੀਗੜ੍ਹ ਵਿੱਚ, ਬਹੁਤ ਖੁਸ਼ੀ ਆ। ਲਵ ਯੂ ਆ ਲੱਖੇ ਵੀਰ। ਬਾਈ ਤੁਸੀਂ ਕੀ ਕਹਿਣਾ ਚਾਹੋਗੇ, ਬੋਲੋ ਵੀਰੇ। ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ। ਕਾਲੇ ਕਾਨੂੰਨ ਬਾਈ ਰੱਦ ਹੋਣੇ ਚਾਹੀਦੇ। ਅੱਛਾ, ਕੋਈ ਨਹੀਂ ਕੋਈ ਨਹੀਂ। ਅੱਛਾ, ਅਤੇ ਕਿਸਾਨਾਂ ਨੂੰ ਬਾਈ ਹੈਰਾਨ ਹੀ ਕਰਦੇ ਆ, ਇਹ ਲੋਕਤੰਤਰ ਰਹੇ ਨਹੀਂ ਗਿਆ ਬਾਈ। ਬਾਈ ਲੱਖੇ ਨੇ ਜੋ ਅੱਜ ਕਿਹਾ, ਬਿਲਕੁਲ ਕੀ ਕਹੋਗੇ ਇਹਦੇ ਬਾਰੇ? ਬਿਲਕੁਲ ਸੱਚ ਕਿਹਾ ਬਾਈ ਜੀ। ਤੁਹਾਨੂੰ ਕੀ ਲੱਗਦਾ ਲੱਖਾ ਬਾਈ ਆਪਣਾ? ਲੱਖਾ ਬਾਈ ਆਪਣਾ ਠੀਕ ਹੈ ਬਾਈ।